ਮਨੁੱਖ ਦਾ ਦੋ ਤਰ੍ਹਾਂ ਦਾ ਜੀਵਨ ਹੈ ਇੱਕ ਸੰਸਾਰੀ ਜੀਵਨ ਇੱਕ ਹੈ ਧਾਰਮਿਕ ਜੀਵਨ ਸੰਸਾਰੀ ਜੀਵਨ ਦੇ ਵਿੱਚ ਬੱਚੇ ਦੀ ਮਾਤਾ ਉਸ ਦਾ ਪਿਤਾ ਨੂੰ ਸਿਖਾਉਂਦੇ ਹਨ ਕਿਵੇਂ ਖਾਣਾ ਹੈ ਕਿਵੇਂ ਪੀਣਾ ਹੈ ਉੱਠਣਾ ਬੈਠਣਾ ਵਿਚਰਨਾ ਇਹ ਸਾਰਾ ਕੁਝ ਬੱਚਾ ਆਪਣੇ ਮਾਤਾ ਪਿਤਾ ਤੋਂ ਸਿੱਖਦਾ ਹੈ ਇੱਕ ਹੈ ਧਾਰਮਿਕ ਜੀਵਨ ਸਤਿਗੁਰ ਕਾ ਜਨਮੇ ਗਵਨ ਮਿਟਾਇਆ ਜਦੋਂ ਬੰਦਾ ਗੁਰੂ ਦੇ ਨਾਲ ਕਨੈਕਟਡ ਹੁੰਦਾ ਹੈ ਗੁਰੂ ਦੇ ਨਾਲ ਜੁੜਦਾ ਹੈ ਸੁਰਤ ਕਰਕੇ ਉਹਦਾ ਇੱਕ ਨਵਾਂ ਜਨਮ ਹੁੰਦਾ ਹੈ ਉਹ ਹੈ ਧਾਰਮਿਕ ਜੀਵਨ ਜਿਸ ਤਰ੍ਹਾਂ ਸੰਸਾਰੀ ਜੀਵਨ ਦੇ ਵਿੱਚ ਬੱਚੇ ਦੀ ਮਾਂ ਬੱਚੇ ਨੂੰ ਸਿਖਾਉਂਦੀ ਹੈ ਵੀ ਕਿੱਦਾਂ ਬੋਲਣਾ ਹੈ ਕਿੱਦਾਂ ਖਾਣਾ ਹੈ ਕਿੱਦਾਂ ਤੁਰਨਾ ਹੈ ਕਿੱਦਾਂ ਵਿਚਰਨਾ ਹੈ ਕਿੱਦਾਂ ਦੂਸਰਿਆਂ ਦੇ ਨਾਲ ਡੀਲ ਕਰਨਾ ਹੈ ਗੱਲਬਾਤ ਕਰਨੀ ਹੈ ਇਹ ਸਾਰੀਆਂ ਗੱਲਾਂ ਇਹ ਸਾਰੇ ਸਕਿੱਲ ਜੋ ਬੱਚਾ ਹੈ ਆਪਣੀ ਮਾਂ ਤੋਂ ਸਿੱਖਦਾ ਆਪਣੇ ਪਿਤਾ ਤੋਂ ਸਿੱਖਦਾ ਹੈ ਇਸੇ ਹੀ ਤਰ੍ਹਾਂ ਧਰਮ ਦੀ ਦੁਨੀਆ ਦੇ ਅੰਦਰ ਜਦੂ ਇਨਸਾਨ ਗੁਰੂ ਦੇ ਨਾਲ ਜੁੜਦਾ ਤੇ ਗੁਰੂ ਉਹਨੂੰ ਦੱਸਦਾ ਹੈ ਵੀ ਕੀ ਕੰਮ ਕਰਨਾ ਹੈ ਤੇ ਕਿਹੜਾ ਕੰਮ ਨਹੀਂ ਕਰਨਾ ਜ਼ੁਬਾਨ ਦੇ ਨਾਲ ਕਿਹੜੇ ਬੋਲ ਬੋਲਣੇ ਹਨ ਤੇ ਕਿਹੜੇ ਬੋਲ ਨਹੀਂ ਬੋਲਣੇ ਕੰਨਾਂ ਦੇ ਨਾਲ ਕੀ ਸੁਣਨਾ ਹੈ ਤੇ ਕੰਨਾਂ ਦੇ ਨਾਲ ਨਹੀਂ ਸੁਣਨਾ ਪੈਰਾਂ ਦੇ ਨਾਲ ਤੁਰ ਕੇ ਕਿਸ ਰਸਤੇ ਤੇ ਜਾਣਾ ਹੈ ਤੇ ਕਿਸ ਰਸਤੇ ਤੇ ਨਹੀਂ ਜਾਣਾ ਇਹ ਸਾਰੀਆਂ ਚੀਜ਼ਾਂ ਗੁਰੂ ਸਿਖਾਉਂਦਾ ਹੈ ਰੋਹਾਨੀ ਜੀਵਨ ਦੇ ਵਿੱਚ ਤੇ ਗੁਰੂ ਗਿਆਨ ਦਿੰਦਾ ਹੈ ਜਿਸ ਤਰ੍ਹਾਂ ਬੱਚਾ ਮਾਂ ਦੇ ਨਾਲ ਗੱਲਬਾਤ ਕਰਕੇ ਪਹਿਲਾਂ ਉਹਨੂੰ ਬੋਲਣਾ ਨਹੀਂ ਆਉਂਦਾ ਬਚਪਨ ਤੋਂ ਜਦੋਂ ਦਾ ਜਨਮ ਹੋਇਆ ਜਾਂ ਤੇ ਉਹਨੂੰ ਰੋਣਾ ਆਉਂਦਾ ਹੈ ਤੇ ਜਾਂ ਹੱਸ ਵੀ ਲੈਂਦਾ ਹੈ ਹੌਲੀ-ਹੌਲੀ ਉਹ ਮਾਂ ਕਹਿਣਾ ਸਿੱਖਦਾ ਹੈ ਕੁਝ ਸ਼ਬਦ ਬੋਲਦਾ ਹੈ ਤੋਤਲੇ ਬੋਲਦਾ ਹੈ ਫਿਰ ਉਹਦੇ ਸ਼ਬਦਾਂ ਦੇ ਵਿੱਚ ਸਫਾਈ ਆਉਂਦੀ ਹੈ ਤੇ ਫਿਰ ਇੱਕ ਅਵਸਥਾ ਇੱਕ ਉਮਰ ਤੇ ਜਾ ਕੇ ਇੱਕ ਸਟੇਜ ਤੇ ਜਾ ਕੇ ਬੱਚਾ ਮਾਂ ਵਾਂਗ ਬੋਲਣਾ ਸ਼ੁਰੂ ਕਰ ਦਿੰਦਾ ਹੈ ਜਿਸ ਤਰ੍ਹਾਂ ਮਾਂ ਬੋਲਦੀ ਹੈ ਉਦਾਂ ਬੱਚਾ ਬੋਲਦਾ ਹੈ ਮਾਂ ਤੇ ਬੱਚੇ ਦੇ ਸ਼ਬਦ ਇੱਕ ਹੋ ਗਏ ਇਸੇ ਹੀ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਸਿੱਖ ਨੇ ਗੁਰੂ ਦੇ ਬੋਲਾਂ ਨੂੰ ਸੁਣ ਸੁਣ ਕੇ ਪੜ ਕੇ ਗਾ ਕੇ ਤੇ ਇੱਕ ਦਿਨ ਉਹ ਆਵੇਗਾ ਵੀ ਜਿਸ ਦਿਨ ਸਿੱਖ ਗੁਰੂ ਦੇ ਬੋਲ ਬੁਲੇਗਾ ਜਿਸ ਤਰ੍ਹਾਂ ਇੱਕ ਅਵਸਥਾ ਹੀ ਸੰਸਾਰੀ ਜੀਵਨ ਦੇ ਵਿੱਚ ਉਹ ਅਵਸਥਾ ਕਿਹੜੀ ਆਈ ਵੀ ਬੱਚਾ ਪਹਿਲਾਂ ਤੋਤਲਾ ਬੋਲਦਾ ਸੀ ਸ਼ਬਦਾਂ ਵਿੱਚ ਸਫਾਈ ਹਾਈ ਫਿਰ ਬਣ ਗਈ ਆਈ ਇੱਕ ਫਲੋ ਬਣ ਗਿਆ ਇੱਕਦਮ ਸਾਫ਼ ਬੋਲਣ ਲੱਗ ਪਿਆ ਜਿੱਦਾਂ ਮਾਂ ਬੋਲਦੀ ਹੈ ਇਸੇ ਹੀ ਤਰ੍ਹਾਂ ਧਰਮ ਦੀ ਦੁਨੀਆ ਦੇ ਅੰਦਰ ਜਦੋਂ ਬੰਦਾ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ ਪੜ੍ਹਦਾ ਹੈ ਕਮਾਉਂਦਾ ਹੈ ਗੱਲਾਂ ਕਰਦਾ ਹੈ ਇੱਕ ਅਵਸਥਾ ਸਿੱਖ ਦੇ ਜੀਵਨ ਦੇ ਵਿੱਚ ਆ ਜਾਂਦੀ ਹੈ ਕੀ ਗੁਰਸਿੱਖ ਗੁਰੂ ਦੀ ਬੋਲੀ ਹੀ ਬੋਲਦਾ ਹੈ ਉਥੇ ਫਿਰ ਸਿੱਖ ਤੇ ਗੁਰੂ ਦੇ ਬੋਲਾਂ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ